ਬਹੁਤ ਵਧੀਆ ਭਾਜੀ, ਠੰਡਾ ਮੌਸਮ। ਠੰਡਾ ਸੀਗਾ, ਮੀਂਹ ਪੈ ਰਿਹਾ ਸੀਗਾ। ਨਾ ਨਾ, ਮੌਸਮ ਇਦਾਂ ਦਾ ਹੀ ਮੀਂਹ ਨਹੀਂ ਪੈਂਦਾ। ਆ ਦੇਖੋ ਸੰਗਤਾਂ ਮੋਟਰਸਾਈਕਲਾਂ ਤੇ ਚੱਲ ਕੇ ਆ ਰਹੇ ਆ। ਆ ਦੇਖੋ ਜੈ ਮਾਤਾ ਦੀ। ਕਿਹੜੀ ਜਗ੍ਹਾ ਤੋਂ ਆਏ ਆ? ਲੁਧਿਆਣੇ ਜੀ। ਲੁਧਿਆਣੇ ਸੰਗਤਾਂ ਪੈਦਲ ਜਾ ਰਹੀਆਂ ਨੇ, ਅੱਗੇ ਜਿਹੜਾ ਚੱਲ ਰਿਹਾ ਸੀਗਾ। ਆ ਦੇਖੋ ਚਾਟ ਦਾ ਲੰਗਰ ਚੱਲਦਾ ਸੀਗਾ। ਦੇਖੋ ਹਨਾ, ਬੜੀ ਮਿਹਨਤ ਨਾਲ ਲੋਕ ਹਨਾ ਲੰਗਰ ਵੀ ਬਹੁਤ ਮਿਹਨਤ ਨਾਲ ਲਾਉਂਦੇ ਆ, ਦੇਖਣ ਵਾਲੀ ਆ ਰੌਣਕ। ਸਾਨੂੰ ਹਨਾ 15-20 ਮਿੰਟ ਹੋ ਗਏ ਇੱਥੇ ਖੜਿਆਂ ਨੂੰ। ਦੇਖੋ ਕਿੰਨੀ ਜ਼ਿਆਦਾ ਆਈਸਕ੍ਰੀਮ ਵਾਲੇ ਦਿਖਾਉਂਦੇ ਆ ਉੱਧਰ ਤੁਹਾਨੂੰ, ਕਿਸ ਤਰ੍ਹਾਂ ਆਈਸਕ੍ਰੀਮਾਂ ਦਾ ਲੰਗਰ ਲੱਗਿਆ ਹੋਇਆ ਵੇ। ਦੇਖੋ ਮਟਕਾ ਹੁਣੇ ਥੋੜੀ ਦੇਰ ਪਹਿਲਾਂ ਇੱਥੇ ਚਾਟ ਚੱਲਦੀ ਸੀ। ਆ ਦੇਖੋ ਚਾਟ ਵੀ ਪਈ ਆ, ਜਿਹਨੇ ਚਾਟ ਖਾਣੀ ਆ ਚਾਟ ਖਾ ਸਕਦੇ ਆ। ਆ ਦੇਖੋ ਚਾਟ ਵਗੈਰਾ ਵੀ ਆ ਉਧਰਲੀ ਸਾਈਡ, ਤੁਹਾਨੂੰ ਆਈਸਕ੍ਰੀਮ ਵਗੈਰਾ ਮਟਕਾ ਕੁਲਫੀ ਚੱਲ ਰਹੀ ਆ, ਸਪੈਸ਼ਲ ਮੋਨੂ ਮਟਕਾ ਕੁਲਫੀ। ਆ ਦੇਖੋ ਮੋਨੂ ਵਾਲਿਆਂ ਦੀ ਸਪੈਸ਼ਲ ਮਟਕਾ ਕੁਲਫੀ ਲੈਂਗਰ ਲੈਂਗਰ ਆਪੇ ਜੀ ਲੈਂਗਰ ਆਵੇ ਜੀ ਆਵੇ ਆਵੇ ਜੀ ਆਵੇ ਲੈਂਗਰ ਆਵੇ ਜੀ ਲੈਂਗਰ ਦੇਖੋ ਲੰਗਰ ਜਾ ਕੇ ਲੰਗਰ ਇੱਧਰ ਆਉਂਦੇ ਆਉਂਦੇ ਹੁੰਦੇ ਆ। ਆਵੇ ਜੀ ਆਵੇ ਪਹਿਲਾਂ ਇੱਥੇ ਚਾਟ ਪਾ ਭਾਜੀ ਵਗੈਰਾ ਵੀ ਹਨਾ ਇੱਥੇ ਲੱਗੀ ਹੋਈ ਸੀਗੀ। ਲਾਈਨ ਦੇਖੋ ਹਨਾ, ਲਾਈਨ ਦੇਖੋ ਹਨਾ ਕਿੰਨੀ ਜ਼ਿਆਦਾ ਲੱਗਿਆ ਹੋਇਆ ਵਾ ਇੱਥੇ ਸਾਰਿਆਂ ਦਾ। ਤੁਹਾਨੂੰ ਬੈਕ ਸਾਈਡ ਤੋਂ ਵੀ ਕਰਕੇ ਦਿਖਾ ਦਿੰਦਾ, ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾ। ਤੁਹਾਨੂੰ ਉੱਪਰੋਂ ਦਿਖਾਉਂਦਾ ਵਾ ਮਾਂ ਚਿੰਤਪੁਰਨੀ ਵਾਲੇ ਦਾ ਸਥਾਨ, ਮੰਗੂਵਾਲ ਬੈਰੀਅਰ ਕੇ ਨਜ਼ਦੀਕ। ਇਹ ਜਿਹੜਾ ਮੰਗੂਵਾਲ ਵਾਲਾ ਬੈਰੀਅਰ ਆ ਉਹਦੇ ਨਜ਼ਦੀਕ ਆ, ਜਿਹੜਾ ਪੰਜਾਬ ਵਾਲਾ ਆਉਂਦਾ ਵਾ। ਆ ਦੇਖੋ ਸੰਗਤਾਂ ਮੋਟਰਸਾਈਕਲਾਂ ਤੇ ਚੱਲ ਕੇ ਆ ਰਹੇ ਆ। ਆ ਦੇਖੋ ਜੈ ਮਾਤਾ ਦੀ। ਕਿਹੜੀ ਜਗ੍ਹਾ ਤੋਂ ਆਏ ਆ? ਲੁਧਿਆਣੇ ਜੀ। ਲੁਧਿਆਣੇ ਕਿਹੜੀ ਜਗ੍ਹਾ ਤੋਂ? ਬਸਤੀ ਫਲੋਰ ਜੀ, ਨਾਲੇ ਬਸਤੀ ਕਹਿੰਦਾ ਸੀਗਾ। ਕੀ ਨਾਲੇ ਬਸਤੀ ਕਹਿੰਦਾ ਜੀ? ਮੈਂ ਵੀ ਲੁਧਿਆਣੇ ਤੋਂ ਆਇਆ ਮਾਂ। ਹਾਂ ਚੱਲ ਵਧੀਆ, ਬਹੁਤ ਵਧੀਆ। ਤੁਹਾਨੂੰ ਦਿਖਾਉਂਦੇ ਆ ਬਹੁਤ ਜ਼ਿਆਦਾ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ। ਤਕਰੀਬਨ ਮੈਂ ਕੋਸ਼ਿਸ਼ ਕਰੂੰਗਾ ਕਿ ਹਰ ਇੱਕ ਨਾਲ ਗੱਲ ਕਰਦੇ ਰਹੀਏ। ਆ ਦੇਖੋ ਮਾਂ ਚਿੰਤਪੁਰਨੀ ਲੰਗਰ ਸੇਵਾ ਸਮਿਤੀ ਸਥਾਨ ਮੰਗੂਵਾਲ ਬੈਰੀਅਰ ਕੇ ਨਜ਼ਦੀਕ। ਦੇਖੋ ਹੁਣੇ ਕਿੰਨੀ ਜ਼ਿਆਦਾ ਸੰਗਤ ਆ ਗਈ, ਪਹਿਲਾਂ ਕੋਈ ਵੀ ਇੰਨੀ ਜ਼ਿਆਦਾ ਸੰਗਤ ਨਹੀਂ ਸੀ। ਸਭ ਤੋਂ ਵੱਧ ਤਾਂ ਸੰਗਤਾਂ ਪੈਦਲ ਜਾ ਰਹੀਆਂ ਨੇ, ਅੱਗੇ ਜਿਹੜਾ ਚੱਲ ਰਿਹਾ ਸੀਗਾ। ਆ ਦੇਖੋ ਚਾਟ ਦਾ ਲੰਗਰ ਚੱਲਦਾ ਸੀਗਾ। ਦੇਖੋ ਸੰਗਤਾਂ ਕਈ ਪੈਦਲ ਵੀ ਚੱਲ ਕੇ ਆ ਰਹੀਆਂ ਨੇ। ਹੈ ਬਹੁਤ ਵਧੀਆ। ਕਿਹੜੀ ਜਗ੍ਹਾ ਤੋਂ ਆਏ ਹੋ? ਆਪਾਂ ਭਾਈ ਕਰਤਾਰਪੁਰ ਤੋਂ। ਕਰਤਾਰਪੁਰ ਤੋਂ ਕਦੋਂ, ਕਿੰਨੇ ਵਜੇ ਚੱਲੇ? 3 ਵਜੇ। ਉਧਰ ਮੌਸਮ ਕਿੱਦਾਂ ਦਾ ਸੀ? ਬਹੁਤ ਵਧੀਆ ਭਾਜੀ, ਠੰਡਾ ਮੌਸਮ। ਠੰਡਾ ਸੀਗਾ, ਮੀਂਹ ਪੈ ਰਿਹਾ ਸੀਗਾ। ਨਾ ਨਾ, ਮੌਸਮ ਇਦਾਂ ਦਾ ਹੀ ਮੀਂਹ ਨਹੀਂ ਪੈਂਦਾ। ਕੱਲ ਦੀ ਇੱਥੇ ਗਰਮੀ ਬਹੁਤ ਆ, ਪਰ ਅੱਜ ਰਾਤ ਨੂੰ ਮੀਂਹ ਪਊਗਾ, ਕੱਲ ਨੂੰ ਵੀ ਮੀਂਹ ਆ। ਵਧੀਆ ਗੱਲ ਆ ਭਾਜੀ, ਪੈ ਜਾਵੇ ਤਾਂ। ਅੱਛਾ, ਤਿੰਨੇ ਜਾਣੇ ਆਏ ਹੋ? 10 ਜਾਣੇ। 10 ਜਾਣੇ ਆਏ ਹੋ? ਕੀ ਨਾਂ? ਹਾਂਜੀ, ਤੇਰਾ ਨਾਂ ਕੀ ਆ? ਮੇਰਾ ਨਾਮ ਮਨੀਸ਼ ਗਿੱਲ। ਮਨੀਸ਼ ਗਿੱਲ? ਹਾਂ, ਮੇਰਾ ਵੱਡਾ ਰਿਸ਼ੀ ਭਾਜੀ। ਕੋਈ ਨਾ, ਮੈਂ ਯੂਟਿਊਬ ਤੇ ਪਾਉਂਗਾ ਵੀਡੀਓ, ਠੀਕ ਆ, ਕੋਈ ਚੱਕਰ ਦਾ ਨੀ। ਆ ਦੇਖ ਲੋ, ਆ ਵੀ ਮੁੰਡੇ ਸੰਗਤਾਂ ਆ ਰਹੇ ਸੀਗੇ। ਇਸ ਤੋਂ ਅੱਗੇ ਆ ਦੇਖੋ ਕਿੱਦਾਂ ਗੱਡੀਆਂ ਜਾ ਰਹੀਆਂ ਨੇ। ਦੇਖੋ ਮੁੰਡੇ ਇਕੱਠੇ ਹੋ ਕੇ ਦੋ ਦੋ ਤਿੰਨ ਤਿੰਨ ਮੋਟਰ, ਦੋ ਦੋ ਤਿੰਨ ਤਿੰਨ ਜਾਣੇ ਬੈਠ ਕੇ ਜਾ ਰਹੇ ਆ। ਜਿਹੜੇ ਇਹ ਮੁੰਡੇ ਸੀਗੇ ਇਕੱਠੇ ਹੀ 10 ਜਾਣੇ ਆਏ ਬੈਠ ਕੇ ਆ ਰਹੇ ਸੀ। ਆ ਦੇਖੋ ਵਾਹ ਵੀ ਵਾਹ, 10ਵਾਂ ਸਲਾਨਾ ਜਾ ਫਰੈਂਡਸ ਆ ਨਾ, ਦੇਖ ਕੇ ਪੂਰਾ ਮਜ਼ਾ ਆ ਜੂਗਾ ਘਰ ਬੈਠੇ ਨੂੰ ਹੀ। ਤੁਹਾਨੂੰ ਪੂਰੀ ਘਰ ਠੰਡੀ ਠੰਡੀ ਮਟਕਾ ਕੁਲਫੀ, ਘਰ ਬੈਠੇ ਨੂੰ ਹੀ ਤੁਹਾਨੂੰ ਪੂਰਾ ਸਵਾਦ ਆਊਗਾ। ਚਿੰਤਪੁਰਨੀ ਮਾਤਾ ਮੇਲਾ ਤੁਹਾਨੂੰ ਘਰ ਬੈਠੇ ਨੂੰ ਹੀ ਦਿਖਾ ਦੇਣਾ, ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ। ਇੱਧਰ ਦੇਖੋ
ਪੂਰਾ ਆਟੋ ਵੀ ਭਰ ਕੇ ਆਇਆ ਹੋਇਆ ਵਾ। ਇੱਥੇ ਵੀ ਗੱਡੀਆਂ ਮੋਟਰਸਾਈਕਲ ਜਿਹੜਾ ਵੀ ਸਾਧਨ ਮਿਲਦਾ ਬੰਦੇ ਉਹਦੇ ਤੇ ਹੀ ਚੱਲ ਕੇ ਆਉਂਦੇ ਪਏ ਆ। ਆ ਚੱਕੋ ਗੋਲ ਗੱਪੇ ਵੀ ਆ, ਹਨਾ ਪਿਆਸ ਬਹੁਤ ਲੱਗੇ ਜੀ ਫਰੈਂਡਸ, ਹਨਾ ਪਾਣੀ ਪੀ ਕੇ ਫਿਰ ਇਸ ਤੋਂ ਅੱਗੇ ਚੱਲਦੇ ਆ। ਫਿਰ ਆਪਾਂ ਤੁਸੀਂ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਮੈਂ ਜਲਦੀ ਇਹਦਾ ਅਗਲਾ ਪਾਰਟ ਲੈ ਕੇ ਆਊਂਗਾ, ਮੇਰਾ ਗਲਾ ਵੀ ਬੈਠ ਗਿਆ, ਬਹੁਤ ਕੁਛ ਦਿਖਾਇਆ, ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ। ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ।